ਪੰਜਾਬੀ ਰੇਡੀਓ ਯੂ ਐਸ ਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨਾਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਅਤੇ ਪ੍ਰੋਗਰਾਮ ਖਬਰ ਅਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਖਬਰ ਅਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂ ਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 4602725200 ਦੇ ਉੱਤੇ। ਇਸ ਦੇ ਨਾਲ ਨਾਲ ਕ੍ਰਿਸ਼ਨ ਦਨੋਤਾ ਯੂਨੀਵਰਸਿਟੀ ਤੋਂ ਜਸਪਾਲ ਸਿੰਘ ਸੈਕਰਾਮੈਂਟੋ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਯੂਨੀਅਨ ਸਿਟੀ, ਜੀ ਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਜਿਹੜਾ ਜੀ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਹੋਰ ਜਿਹੜੀ ਜਾਣਕਾਰੀ ਲਈ ਤੁਸੀਂ ਕਾਲ ਕਰੋ ਨਿੰਮਾ ਸਹੋਤਾ ਹੁਣਾਂ ਨੂੰ ਨੰਬਰ 209-277-0113-2092-77-01133 ਦੇ ਉੱਤੇ। ਇਸ ਦੇ ਨਾਲ ਨਾਲ ਕੰਗ ਟਰਾਂਸਪੋਰਟੇਸ਼ਨ ਵਾਲੇ ਜਿਨ੍ਹਾਂ ਦੇ ਕੋਲ, ਜਿਨ੍ਹਾਂ ਨੂੰ ਇਸ ਟਾਈਮ ਟਰੱਕ ਡਰਾਈਵਰਸ ਦੀ ਜ਼ਰੂਰਤ ਆ, ਇਹਨਾਂ ਦੇ ਡਰਾਈਵਰਸ ਨੂੰ 60 ਸੈਂਟ ਪਰ ਮਾਈਲ ਮਿਲਣਗੇ। ਹੋਰ ਜਾਣਕਾਰੀ ਲਈ ਕਾਲ ਸਨੀ ਕੰਗ 530-301-9939 ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਦੇ ਟਵਿਸਟ ਵਾਲੇ, ਜਿਨ੍ਹਾਂ ਦੇ ਤੁਸੀਂ ਹਰ ਤਰ੍ਹਾਂ ਦੇ ਵੈੱਜ, ਨੌਨ ਵੈੱਜ, ਇੰਡੀਅਨ ਸਟਾਈਲ ਪੀਜ਼ੇ ਔਡਰ ਕਰ ਸਕਦੇ ਹੋ। ਇਹਨਾਂ ਦੇ ਜਿਹੜੇ ਜੀ ਬਹੁਤ ਹੀ ਜਿਹੜੇ ਸ਼ਾਨਦਾਰ ਸਵਾਦ ਵਾਲੇ ਜਿਹੜੇ ਪੀਜ਼ੇ ਔਡਰ ਕਰਨ ਲਈ ਵਿਜ਼ਿਟ ਕਰੋ www.chicagopizzatwist.com ਅਤੇ 1313 ਜਿਹੜਾ ਕੋਡ ਪਾਉਣ ਦੇ ਉੱਤੇ 10% ਡਿਸਕਾਊਂਟ ਵੀ ਤੁਸੀਂ ਉਹਨਾਂ ਤੋਂ ਲੈ ਸਕਦੇ ਹੋ। ਅਤੇ ਇਹਨਾਂ ਸਾਰਿਆਂ ਦਾ ਹੀ ਅਸੀਂ ਬਹੁਤ ਬਹੁਤ ਜਿਹੜਾ ਜੀ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-9698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਠੂਆ ਬਲਾਤਕਾਰ ਮਾਮਲਾ ਪੰਜਾਬ ਵਿੱਚ ਤਬਦੀਲ, ਜਿਹੜਾ ਕਠੂਆ ਗੰਦ ਰੇਪ ਵਾਲਾ ਮਾਮਲਾ ਸੀਗਾ ਇਹ ਸੁਪਰੀਮ ਕੋਰਟ ਚ ਵੀ ਚਲੇ ਗਿਆ ਸੀਗਾ। ਸੁਪਰੀਮ ਕੋਰਟ ਚ ਜਦੋਂ ਇਹਦੀ ਸੁਣਵਾਈ ਸ਼ੁਰੂ ਹੋਈ ਤੇ ਜਿਹੜਾ ਹੇਠਲਾ ਟ੍ਰਾਇਲ ਸੀਗਾ ਉਹ ਆਪਣੇ ਆਪ ਰੁਕ ਜਾਣਾ ਸੀਗਾ ਇੱਕ ਦਫਾ। ਸੋ ਉੱਥੇ ਸੁਪਰੀਮ ਕੋਰਟ ਦੇ ਵਿੱਚ ਦੋਵੇਂ ਪੱਖ ਹੀ ਆਪੋ ਆਪਣੀਆਂ ਮੰਗਾਂ ਨੂੰ ਲੈ ਕੇ ਪਹੁੰਚੇ ਹੋਏ ਸਨ। ਜਿਹੜਾ ਪੀੜਿਤ ਪੱਖ ਸੀਗਾ ਉਹ ਇਹ ਮੰਗ ਕਰਦਾ ਸੀਗਾ ਕਿ ਇਸ ਕੇਸ ਨੂੰ ਕਸ਼ਮੀਰ ਤੋਂ ਸ਼ਿਫਟ ਕਰ ਦਿੱਤਾ ਜਾਵੇ ਚੰਡੀਗੜ੍ਹ। ਤਾਂ ਜਿਹੜਾ ਦੂਸਰਾ ਬਚਾਅ ਪੱਖ ਆ, ਜਿਹੜਾ ਇਸ ਸਮੇਂ ਮੁਲਜ਼ਮਾਨਾਂ ਦਾ ਪੱਖ ਕਿਹਾ ਜਾ ਸਕਦਾ, ਤਾਂ ਉਹਨਾਂ ਦਾ ਪੱਖ ਕੀ ਸੀਗਾ, ਉਹ ਮੰਗ ਕਰਦੇ ਸੀਗੇ ਕਿ ਸਾਡੀ ਜਿਹੜੀ ਇਨਕੁਆਇਰੀ ਆ ਉਹ CBI ਨੂੰ ਦਿੱਤੀ ਜਾਵੇ। ਤੇ ਇੱਕ ਉਹਨਾਂ ਦੀ ਮੰਗ ਨਾਲ ਪ੍ਰੋਟੈਸਟ ਵਾਲੀ ਜਿਹੜੀ ਕਿ ਪਹਿਲਾਂ ਹੀ ਰੱਦ ਕੀਤੀ ਗਈ ਸੀਗੀ। ਸੋ ਇਹ ਦੋ ਸੁਣਵਾਈਆਂ ਹੋਈਆਂ ਸੁਪਰੀਮ ਕੋਰਟ ਦੇ ਅੰਦਰ। ਤਾਂ ਜਦੋਂ ਇਹ ਦੋਵੇਂ ਸੁਣਵਾਈਆਂ ਚੱਲੀਆਂ, ਹੇਠਲੀ ਅਦਾਲਤ ਦੇ ਵਿੱਚ ਜਿਹੜਾ ਟ੍ਰਾਇਲ ਚੱਲਦਾ ਪਿਆ ਸੀਗਾ ਉਹ ਉਦੋਂ ਤੱਕ ਲਈ ਰੋਕ ਦਿੱਤਾ ਗਿਆ ਸੀਗਾ ਕਿ ਜਦੋਂ ਤੱਕ ਸੁਪਰੀਮ ਕੋਰਟ ਅੰਤਲਾ ਕੋਈ ਫੈਸਲਾ ਨਹੀਂ ਦਿੰਦਾ। ਸੋ ਸੁਪਰੀਮ ਕੋਰਟ ਨੇ ਹੁਣ ਫੈਸਲਾ ਦੇ ਦਿੱਤਾ, ਤਾਂ ਇਹ ਕੇਸ ਜਿਹੜਾ ਚੰਡੀਗੜ੍ਹ ਤੇ ਸ਼ਿਫਟ ਨਹੀਂ ਹੋਊਗਾ ਬਲਕਿ ਪੰਜਾਬ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਹੱਦ ਆ ਕਸ਼ਮੀਰ ਦੇ ਨਾਲ, ਉਹਦੇ ਉੱਤੇ ਜਿਹੜਾ ਇੱਕ ਸ਼ਹਿਰ ਪੈਂਦਾ ਪਠਾਨਕੋਟ ਗੁਰਦਾਸਪੁਰ ਦਾ, ਉਸ ਅਦਾਲਤ ਦੇ ਵਿੱਚ ਇਹ ਕੇਸ ਜਿਹੜਾ ਸ਼ਿਫਟ ਕਰ ਦਿੱਤਾ ਗਿਆ। ਉਹ ਹਵਾਲਾ ਇਹ ਦਿੱਤਾ ਗਿਆ ਕਿ ਚੰਡੀਗੜ੍ਹ ਉੱਥੋਂ ਬਹੁਤ ਦੂਰ ਪੈ ਜਾਣਾ, ਤਾਂ ਜਿਹੜੇ ਇੰਨੇ ਗਵਾਹ, ਇੰਨੇ ਮੁਲਜ਼ਮ, ਇੰਨੀ ਪੁਲਿਸ, ਉਹ ਸਾਰਾ ਜਿਹੜਾ ਆਉਣ ਜਾਣ ਵਾਲਾ ਰਸਤਾ, ਕਿਉਂਕਿ ਟ੍ਰਾਇਲ ਜਿਹੜਾ ਸਪੀਡੀ ਹੋਣਾ ਤਾਂ ਬਹੁਤ ਔਖਾ ਹੋ ਜਾਊਗਾ। ਸੋ ਇਸ ਕਰਕੇ ਪਠਾਨਕੋਟ ਨੂੰ ਚੁਣਿਆ ਗਿਆ। ਤਾਂ ਇਹਦੀ ਸੁਣਵਾਈ ਹੈ ਜਿਹੜੀ ਮਾਮਲੇ ਦੀ ਉਹ ਰੋਜ਼ਾਨਾ ਹੋਊਗੀ, ਹੁਣ ਅਗਲੀ ਸੁਣਵਾਈ 9 ਜੁਲਾਈ ਤੇ ਪਾ ਦਿੱਤੀ ਗਈ ਆ। ਦੂਜੇ ਪਾਸੇ ਜਿਹੜੇ ਮੁਲਜ਼ਮਾਨ ਸੀਗੇ ਜਿਹਨਾਂ ਨੇ ਮੰਗ ਰੱਖੀ ਸੀਗੀ ਕਿ CBI ਦੀ ਇਨਕੁਆਇਰੀ ਹੋਣੀ ਚਾਹੀਦੀ ਆ, ਤਾਂ ਸੁਪਰੀਮ ਕੋਰਟ ਨੇ ਉਹਨਾਂ ਦੀ ਮੰਗ ਰੱਦ ਕਰ ਦਿੱਤੀ ਆ। ਯਾਨੀ ਜੋ ਪੀੜਿਤ ਧਿਰ ਆ, ਪੀੜਿਤ ਧਿਰ ਦੀ ਮੰਗ ਨੂੰ ਮਨਜ਼ੂਰ ਕਰ ਲਿਆ ਗਿਆ, ਜੋ ਮੁਲਜ਼ਮਾਨ ਧਿਰ ਸੀਗੀ ਉਹਨਾਂ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ। ਹੁਣ ਇਹ ਟ੍ਰਾਇਲ ਹੋਏਗਾ, ਟ੍ਰਾਇਲ ਰੋਜ਼ਮਰਾ ਹੋਏਗਾ ਔਰ ਇਸ ਤੋਂ ਇਲਾਵਾ ਬੰਦ ਕਮਰੇ ਚ ਸੁਣਵਾਈ ਹੋਊਗੀ। ਸੋ ਉਮੀਦ ਕੀਤੀ ਜਾ ਸਕਦੀ ਆ ਕਿ ਇਹ ਟ੍ਰਾਇਲ ਜਿਹੜਾ ਛੇਤੀ ਮੁਕਾਮ ਤੇ ਪਹੁੰਚ ਜਾਊਗਾ। ਉਹ ਕਹਿੰਦੇ ਹੁੰਦੇ ਆ ਨਾ ਕਿ ਈਸ਼ਵਰ ਕੇ ਨਿਆਇ ਕੀ ਚੱਕੀ ਧੀਮੀ ਜ਼ਰੂਰ ਚਲਤੀ ਹੈ ਪਰ ਪੀਸਤੀ ਬਹੁਤ ਬਰੀਕ ਹੈ। ਸੋ ਹੁਣ ਦੇਖਦੇ ਆ ਕਿ ਉਹ ਈਸ਼ਵਰ ਵਾਲੀ ਚੱਕੀ ਤੇ ਵੀ ਇੱਥੇ ਚੱਲਣੀ ਹੈ, ਹੁਣ ਕਾਨੂੰਨ ਵਾਲੀ ਚੱਕੀ ਇਹ ਬਰੀਕ ਕਿੰਨਾ ਪੀਂਦੀ ਹੈ। ਪਰ ਕੁਛ ਲੋਕ ਹਾਲੇ ਵੀ ਮੁਲਜ਼ਮਾਨ ਦੇ ਪਿੱਟ ਤੇ ਖੜ ਕੇ ਉਹਨਾਂ ਲਈ ਹਾਂ ਦਾ ਨਾਰਾ ਮਾਰਦੇ ਆ। ਜਦ ਤੱਕ ਉਹ ਨਾਰਾ ਮਾਰਨ ਉਦੋਂ ਤੱਕ ਅਸੀਂ ਉਹਨਾਂ ਨੂੰ ਇੰਨਾ ਹੀ ਕਹਿ ਸਕਦੇ ਹਾਂ ਕਿ ਜੋ ਤੁਸੀਂ ਜੱਗੀ ਜੌਹਲ ਵਰਗਿਆਂ ਦੇ ਮਾਮਲੇ ਚ ਕਿਹਾ ਕਰ ਦਿੰਦੇ ਹੋ
ਕਿ ਕਾਨੂੰਨ ਤੇ ਭਰੋਸਾ ਰੱਖੋ, ਉਹ ਇਨਸਾਫ ਕਰੂਗਾ, ਸੋ ਤੁਸੀਂ ਵੀ ਕਾਨੂੰਨ ਤੇ ਭਰੋਸਾ ਰੱਖੋ, ਇਨਸਾਫ ਕਰੂਗਾ। ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਨਹੀਂ ਰੁਕ ਰਿਹਾ ਹਰਿਆਣੇ ਵਿੱਚ ਨਮਾਜ਼ ਦਾ ਵਿਵਾਦ। ਦੇਖੋ ਇਹ ਨਮਾਜ਼ ਦਾ ਵਿਵਾਦ ਉਦੋਂ ਭਖਿਆ ਸੀਗਾ ਜਦੋਂ ਪਿਛਲੇ ਦਿਨਾਂ ਦੇ ਵਿੱਚ ਕੁਛ ਮੁਸਲਮਾਨ ਭਾਈ ਨਮਾਜ਼ ਅਦਾ ਕਰਦੇ ਪਏ ਸੀਗੇ ਤਾਂ ਉਹਨਾਂ ਨੂੰ ਕੁਛ ਹਿੰਦੂ ਤਵੀ ਸੰਗਠਨਾਂ ਦੇ ਕੁਛ ਕਾਰਕੁਨਾਂ ਨੇ ਜਾ ਕੇ ਰੋਕਿਆ ਸੀਗਾ। ਮਾਮਲਾ ਭੱਜ ਗਿਆ, ਫਿਰ ਪੁਲਿਸ ਨੇ ਵੀ ਦਖਲ ਦਿੱਤਾ, ਪੁਲਿਸ ਨੇ ਕੁਛ ਗ੍ਰਿਫਤਾਰੀਆਂ ਵੀ ਕੀਤੀਆਂ ਸੀ। ਬਹਿਰਹਾਲ ਉਹ ਗ੍ਰਿਫਤਾਰੀਆਂ ਕਹਿ ਸਕਦੇ ਕਿ ਰਸਮਾਂ ਸੀਗੀਆਂ, ਤਾਂ ਜਲਦੀ ਜਲਦੀ ਉਹਨਾਂ ਨੂੰ ਰਿਹਾ ਵੀ ਕਰ ਦਿੱਤਾ ਗਿਆ। ਉਸ ਤੋਂ ਬਾਅਦ ਫਿਰ ਇੱਥੇ ਰਾਜਨੀਤੀ ਵੀ ਭੜ ਗਈ। ਖੱਟਰ ਹੈ ਜਿਹੜਾ ਉਹ ਹਮੇਸ਼ਾ ਦੀ ਤਰ੍ਹਾਂ ਇਸ ਮਾਮਲੇ ਦੇ ਵਿੱਚ ਵੀ ਦੋਗਲਾ ਜਿਹਾ ਰਵੱਈਆ ਅਪਣਾਉਂਦਾ ਨਜ਼ਰ ਆਇਆ। ਪਹਿਲਾਂ ਤੇ ਉਹਨੇ ਕਹਿ ਦਿੱਤਾ ਕਿ ਦੇਖੋ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਊਗੀ ਕਿ ਜੋ ਮਸਜਿਦ ਹੁੰਦੀ ਆ ਉਸ ਤੋਂ ਬਾਹਰ ਆ ਕੇ ਕੋਈ ਨਮਾਜ਼ ਅਦਾ ਕਰੇ। ਬਾਅਦ ਦੇ ਵਿੱਚ ਅੱਜ ਉਹ ਯੂ ਟਰਨ ਲੈ ਗਿਆ, ਕਹਿੰਦਾ ਜੀ ਕਿ ਜੇ ਕੋਈ ਇਸ ਤਰ੍ਹਾਂ ਕਰਦਾ ਤਾਂ ਉਹਦੀ ਧਾਰਮਿਕ ਆਜ਼ਾਦੀ 'ਚ ਜੇ ਕੋਈ ਦਖਲ ਦੇਊਗਾ ਤੇ ਅਸੀਂ ਉਹਦੇ ਨਾਲ ਵੀ ਸਿੰਝਾਂਗੇ, ਉਹਦੇ ਨਾਲ ਵੀ ਨਜਿੱਠਾਂਗੇ। ਯਾਨੀ ਪਹਿਲਾਂ ਕਹਿੰਦਾ ਸੀਗਾ ਕਿ ਜੇ ਨਮਾਜ਼ ਅਦਾ ਕਰਨੀ ਆ ਤਾਂ ਫਿਰ ਤੁਸੀਂ ਮਸਜਿਦ ਦੇ ਅੰਦਰ ਹੀ ਰਹਿ ਕੇ ਕਰੋ, ਬਾਹਰ ਨਹੀਂ। ਸੋ ਸਮੱਸਿਆ ਕੀ ਸੀਗੀ ਕਿ ਜਿਹੜਾ ਗੁੜਗਾਉਂ ਆ ਜਿਹਨੂੰ ਹੁਣ ਇਹ ਗੁਰੂਗ੍ਰਾਮ ਕਹਿੰਦੇ ਆ, ਉੱਥੇ ਕੁਛ ਥਾਵਾਂ ਤੇ ਖਾਸ ਤੌਰ ਤੇ ਜਦੋਂ ਜੁਮਾ ਰੋਜ਼ ਹੁੰਦਾ ਹੈ, ਜੁਮੇ ਦੀ ਨਮਾਜ਼ ਹੁੰਦੀ ਹੈ, ਤਾਂ ਬਾਹਰ ਆ ਕੇ ਕੁਛ ਮੁਸਲਿਮ ਭਾਈ ਹੈ ਜਿਹੜੇ ਉਹ ਆਪਣੀ ਰੀਤ ਦੇ ਮੁਤਾਬਕ ਨਮਾਜ਼ ਅਦਾ ਕਰਦੇ ਆ। ਕਿਉਂਕਿ ਉਹ ਸਮੱਸਿਆ ਇਹ ਆ ਜਾਂਦੀ ਹੈ ਕਿ ਕਈ ਵਾਰ ਮਸਜਿਦ ਦੀ ਜਗ੍ਹਾ ਛੋਟੀ ਪੈ ਜਾਂਦੀ ਹੈ, ਸੋ ਜਿਹੜੀਆਂ ਜਨਤਕ ਥਾਵਾਂ ਨੇ, ਪਬਲਿਕ ਪਲੇਸਿਸ ਨੇ, ਉਹਨਾਂ ਦੇ ਵਿੱਚ ਵੀ ਬਹਿ ਕੇ ਉਹ ਨਮਾਜ਼ ਅਦਾ ਕਰਦੇ ਆ। ਤਾਂ ਇਹ ਹੁਣ ਦੂਜੇ ਪਾਸੇ ਤੁਰ ਪਏ। ਖਾਸ ਤੌਰ ਤੇ ਅੱਜ ਅਨਿਲ ਵਿਜ ਨੇ ਵੀ ਇੱਕ ਗੱਲ ਕਹੀ, ਉਹ ਕਹਿੰਦਾ ਕਿ ਦੇਖੋ ਧਾਰਮਿਕ ਆਜ਼ਾਦੀ ਸਭ ਦੀ ਹੈਗੀ ਆ ਔਰ ਉਹ ਧਾਰਮਿਕ ਆਜ਼ਾਦੀ ਮੁਬਾਰਕ ਆ ਹਰੇਕ ਨੂੰ, ਪਰ ਇਸ ਬਹਾਨੇ ਜ਼ਮੀਨਾਂ ਤੇ ਅਸੀਂ ਕਬਜ਼ੇ ਨਹੀਂ ਕਰਨ ਦੇਵਾਂਗੇ। ਕਿਉਂਕਿ ਇਹ ਗੱਲ ਜਿਹੜੀ ਸ਼ੁਰੂ ਹੋਈ ਆ ਇਸੇ ਆਧਾਰ ਤੇ ਇਹਨਾਂ ਨੇ ਸ਼ੁਰੂ ਕੀਤੀ ਆ ਕਿ ਇਹ ਲੋਕ ਜਨਤਕ ਥਾਵਾਂ ਤੇ ਆ ਕੇ ਨਮਾਜ਼ ਅਦਾ ਕਰਕੇ ਇਹ ਜ਼ਮੀਨਾਂ ਜਿਹੜੀਆਂ ਨੱਪਣੀਆਂ ਚਾਹੁੰਦੇ ਆ। ਤੇ ਇਹਦੇ ਜਵਾਬ ਦੇ ਵਿੱਚ ਜੋ ਵਕਫ ਬੋਰਡ ਆ, ਵਕਫ ਬੋਰਡ ਨੇ ਆਖਿਆ ਕਿ ਦੇਖੋ ਅਸੀਂ ਇਸ ਸਮੱਸਿਆ ਚ ਪੈਂਦੇ ਹੀ ਨਹੀਂ, ਅਸੀਂ ਇਸ ਝਮੇਲੇ ਨੂੰ ਵਧਾਉਂਦੇ ਹੀ ਨਹੀਂ, ਤੁਸੀਂ ਏਦਾਂ ਕਰੋ ਆ ਸਾਡੀਆਂ 20 ਤੋਂ ਵੱਧ ਜਗ੍ਹਾ ਜਿਹੜੀਆਂ ਕਬਜ਼ੇ ਦੇ ਹੇਠ ਆ, ਸਾਨੂੰ ਇਹ ਛਡਾ ਕੇ ਦੇ ਦਿਓ, ਅਸੀਂ ਇੱਥੇ ਆਪਣੀਆਂ ਮਸੀਤਾਂ ਬਣਾ ਲਿਆਂਗੇ, ਆਪੋ ਆਪਣੀ ਨਮਾਜ਼ ਜਿਹੜੀ ਆ ਉਹ ਇੱਥੇ ਅਦਾ ਹੋ ਜਾਊਗੀ, ਇਸ ਲਫੜੇ 'ਚ ਆਪਾਂ ਪੈਂਦੇ ਨਹੀਂ, ਤੁਸੀਂ ਸਾਡੀਆਂ ਜ਼ਮੀਨਾਂ ਛੁਡਾ ਦਿਓ। ਸੋ ਇਹ ਸਾਰੀ ਚੀਜ਼ ਹੁਣ ਜਿਹੜੀ ਆ ਉੱਥੇ ਚੱਲਦੀ ਪਈ ਆ, ਰਾਜਨੀਤੀ ਆਪਣੀ ਥਾਂ ਤੇ ਚੱਲਦੀ ਪਈ ਆ, ਬਹਿਸ ਦੱਸਈਆ ਆਪਣੀ ਥਾਂ ਤੇ ਚੱਲਦਾ ਪਿਆ, ਪਰ ਸਭ ਤੋਂ ਵੱਡੀ ਗੱਲ ਤੇ ਇਹ ਹੋਈ ਆ ਕਿ ਦੇਖੋ ਇੱਕ ਧਰਮ ਵਿਸ਼ੇਸ਼ ਤੇ ਹੀ ਸਾਰੀਆਂ ਚੀਜ਼ਾਂ ਕਿਉਂ ਲਾਗੂ ਕੀਤੀਆਂ ਜਾਂਦੀਆਂ? ਜੇ ਅਜ਼ਾਨ ਦਾ ਮਸਲਾ, ਫਿਰ ਜੇ ਲਾਊਡ ਸਪੀਕਰਾਂ ਦਾ ਮਸਲਾ, ਫਿਰ ਆ ਜਿਹੜਾ ਹੁਣ ਨਮਾਜ਼ ਵਾਲਾ ਮਸਲਾ, ਤਾਂ ਦੇਖੋ ਫਿਰ ਦੂਸਰੇ ਧਰਮਾਂ ਵਾਲਿਆਂ ਨੂੰ ਵੀ ਜਿਹੜੇ ਕਿ ਕਈ ਵਾਰੀ ਜਲੂਸ ਕੱਢਦੇ ਆ, ਕਈ ਵਾਰੀ ਉਹ ਰਾਤ ਨੂੰ ਪਟਾਕੇ ਚਲਾਉਂਦੇ ਆ, ਬਹੁਤ ਕੁਛ ਕਰਦੇ ਆ। ਯਾਨੀ ਜਿਹੜੇ ਦੂਸਰੇ ਇਸ ਤਰ੍ਹਾਂ ਦੇ ਧਾਰਮਿਕ ਆਯੋਜਨ ਹੁੰਦੇ ਆ ਜਾਂ ਫਿਰ ਉਹ ਵੀ ਧਾਰਮਿਕ ਸਥਾਨਾਂ ਦੇ ਅੰਦਰ ਕੀਤੇ ਜਾਣ, ਹਾਂ ਇਹ ਠੀਕ ਆ ਕਿ ਚਾਹੇ ਕੋਈ ਵੀ ਧਾਰਮਿਕ ਕਿਰਿਆ, ਕਿਸੇ ਦੀ ਵੀ ਧਾਰਮਿਕ ਕਿਰਿਆ, ਜੇ ਉਹ ਕਿਸੇ ਜਨ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ, ਕਿਸੇ ਵੀ ਪੱਖ ਤੋਂ ਕਰਦੀ ਹੈ, ਤਾਂ ਉਹ ਚੀਜ਼ ਜਿਹੜੀ ਆ ਉਹ ਕਾਇਦੇ ਕਾਨੂੰਨ ਦੇ ਮੁਤਾਬਕ ਨਹੀਂ ਹੋਣੀ ਚਾਹੀਦੀ ਜਨਤਕ ਥਾਵਾਂ ਤੇ। ਪਰ ਇਹ ਆ ਕਿ ਇੱਕ ਥਾਂ ਤੇ ਪੈਮਾਨਾ ਲਾਗੂ ਹੋਣਾ, ਦੂਸਰੀ ਥਾਂ ਤੇ ਪੈਮਾਨਾ ਜਿਹੜਾ ਮੰਗਾ ਟੇਢਾ ਹੋ ਜਾਣਾ, ਇਹ ਗੱਲ ਨਹੀਂ ਬਣਦੀ। ਸੋ ਜ਼ਰੂਰਤ ਤੇ ਇਸ ਗੱਲ ਦੀ ਆ ਕਿ ਸਾਰੇ ਪਾਸੇ ਪੈਮਾਨਾ ਇੱਕੋ ਜਿਹਾ ਰੱਖਿਆ ਹੋਵੇ, ਪਰ ਇਸ ਸਮੇਂ ਪੈਮਾਨੇ ਜਿਹੜੇ ਉਹ ਕੁਛ ਮਹਿੰਗੇ ਟੇਢੇ ਹੀ ਆ, ਜਿਵੇਂ ਹੁਣ ਜਿਨਾਹ ਨੂੰ ਕਬਰ ਚੋਂ ਕੱਢਿਆ ਗਿਆ, ਔਰ ਜਿਨਾਹ ਦੇ ਨਾਲ ਜਿਨ੍ਹਾਂ ਨੇ ਗੱਠਜੋੜ ਕੀਤਾ ਸੀ ਕਦੇ, ਉਹ ਤੇ ਇਹਨਾਂ ਦੇ ਪੂਜਨੀਏ ਆ, ਪੂਜਨੀਕ ਆ, ਪਰ ਅੱਜ ਜਿਨਾਹ ਜਿਹੜਾ ਉਹਦੀ ਫੋਟੋ ਵੀ ਕਹਿੰਦੇ ਆ ਕਿ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਅਸੀਂ ਲੱਗਣ ਨਹੀਂ ਦੇਣੀ। ਸੋ ਐਨ ਮੌਕੇ ਤੇ ਕਿ ਇੱਕ ਪਾਸੇ ਜਿਨ੍ਹਾਂ ਨੂੰ ਕਬਰ ਦੇ ਵਿੱਚੋਂ ਚੁੱਕਿਆ ਗਿਆ, ਦੂਸਰੇ ਪਾਸੇ ਇਹ ਨਮਾਜ਼ ਵਾਲਾ ਮੁੱਦਾ ਲੱਗਦਾ ਹੋਈ ਆ ਕਿ ਇੱਕ ਤੇ ਉਹ ਕਿਰਾਨਾ ਦੀ ਸੀਟ ਤੇ ਚੋਣ ਹੋਣੀ ਹੈ ਯੂਪੀ 'ਚ, ਦੂਸਰਾ ਕਰਨਾਟਕ ਦੇ ਵਿੱਚ ਚੋਣ ਚੱਲ ਰਹੀ ਹੈ, ਤਾਂ ਫਿਰ ਉਹੀ ਭੌਂ ਚੌਂਕੇ, ਉਹ ਜਿਵੇਂ ਹੁੰਦੇ ਨੇ ਭੌਂ ਚੌਂਕੇ ਖੋਤੀ ਉੱਥੇ ਆਣ ਖਲੋਤੀ, ਕਿ ਭੌਂ ਚੌਂਕੇ ਮੁੱਦਾ ਉੱਥੇ ਦਾ ਉੱਥੇ ਆ ਖਲੋਤਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਮਾਜ ਦਾ ਵਰਗੀਕਰਨ ਕਰਨਾ, ਸਮਾਜ ਦੀ ਕਤਾਰਬੰਦੀ ਕਰਨੀ ਹੈ। ਇਸੇ ਕਰਕੇ ਉਹ ਕਿਸੇ ਨੇ ਆਖਿਆ ਸੀਗਾ ਨਾ ਕਿ ਮਸਜਿਦ ਕੀ ਮੇ ਨਾਰੇ ਬੋਲੀ, ਮੰਦਿਰ ਕੇ ਕੰਗੂਰੋਂ ਸੇ, ਸੰਭਵ ਹੋ ਤੋ ਦੇਸ਼ ਬਚਾ ਲੋ, ਮਜ਼ਹਬ ਕੇ ਲੰਗੂਰੋਂ ਸੇ। ਸੋ ਇਹ ਹੁਣ ਹਾਲ ਇਹ ਆ ਕਿ ਕਿਸੇ ਮੁੱਦੇ ਤੇ ਤਾਂ ਰਾਜਨੀਤੀ ਹੁੰਦੀ ਨੀ, ਬਸ ਇਸੇ ਧਾਰਮਿਕ ਮਸਲਿਆਂ ਤੇ ਰਾਜਨੀਤੀ ਹੈ ਜਿਹੜੀ ਉਹ ਕਤਾਰਬੰਦੀ ਕਰਦੀ ਆ, ਕਦੇ ਕਾਮਯਾਬ ਹੋ ਜਾਂਦੀ ਆ, ਕਦੇ ਨਾਕਾਮਯਾਬ ਹੋ ਜਾਂਦੀ ਆ, ਪਰ ਜੋ ਚੱਲਦਾ
ਇੱਕ ਧਰਮ ਵਿਸ਼ੇਸ਼ ਨੂੰ ਲੈ ਕੇ ਜਿਸ ਤਰੀਕੇ ਨਾਲ ਸਖਤਾਈਆਂ ਕੀਤੀਆਂ ਜਾਂਦੀਆਂ ਉਹ ਗਲਤ ਆ। ਜਾ ਕੇ ਪੈਮਾਨਾ ਜਿਵੇਂ ਮੈਂ ਅੱਗੇ ਕਿਹਾ ਸਾਰਿਆਂ ਵਾਸਤੇ ਇੱਕ ਸਾਰ ਹੋਵੇ ਫਿਰ ਮੰਨਣ ਯੋਗ ਆ, ਜਿਵੇਂ ਆਹ ਕੰਮ ਕਰਦੇ ਆ ਨਾ ਇਹ ਗਲਤ ਲੱਗਦਾ। ਜੀ ਜੀ ਜੀ, ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਸ਼੍ਰੋਮਣੀ ਕਮੇਟੀ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਇਤਿਹਾਸ ਦੇ ਵਿੱਚ ਫੇਰ ਬਦਲ ਨੂੰ ਲੈ ਕੇ। ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਪਹਿਲਾਂ ਹੀ ਦੇ ਦੇਣਾ ਚਾਹੀਦਾ ਸੀ, ਲੇਟ ਹੋ ਗਿਆ ਕਿਉਂਕਿ ਇਹਨਾਂ ਨੇ ਜਦੋਂ ਅਲਟੀਮੇਟਮ ਦਿੱਤਾ ਨਾਲ ਦੀ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਬਿਆਨ ਆ ਗਿਆ। ਉਹ ਕਹਿੰਦੇ ਆ ਜੀ ਕਿ ਅਸੀਂ ਇਸ ਮਾਮਲੇ ਦੇ ਵਿੱਚ 6 ਵੱਡੇ ਇਤਿਹਾਸਕਾਰਾਂ ਦੀ ਕਮੇਟੀ ਬਣਾ ਦਿੱਤੀ ਆ ਜਿਹੜੀ ਹੁਣ ਘੋਖ ਕਰੂਗੀ, ਇਸ ਮੁੱਦੇ ਦੀ ਪੜਤਾਲ ਕਰੂਗੀ, ਜੋ ਵੀ ਗਲਤੀਆਂ ਨੇ ਉਹ ਦਰੁਸਤ ਕੀਤੀਆਂ ਜਾਣਗੀਆਂ। ਤੇ ਜਦੋਂ ਕੈਪਟਨ ਸਾਹਿਬ ਨੂੰ ਪੁੱਛਿਆ ਗਿਆ ਕਿ ਕਮੇਟੀ ਵਾਲੇ ਤੇ ਅਲਟੀਮੇਟਮ ਦਿੱਤੀ ਜਾਂਦੇ ਆ ਕੀ ਕਹਿਣਾ ਚਾਹੋਗੇ, ਉਹ ਕਹਿੰਦੇ ਜੀ ਕਿ ਹੁਣ ਇਹ ਸਾਰਾ ਮਾਮਲਾ ਜਿਹੜਾ ਉਹ ਕਮੇਟੀ ਦੇਖੂਗੀ। ਹੁਣ ਪਤਾ ਨੀ ਕਿਹੜੀ ਕਮੇਟੀ ਦੇਖੂਗੀ, ਸ਼੍ਰੋਮਣੀ ਕਮੇਟੀ ਜਾਂ ਜਿਹੜੀ ਇਹਨਾਂ ਨੇ ਬਣਾਈ ਆ ਉਹ ਕਮੇਟੀ ਦੇਖੂਗੀ। ਪਰ ਇਹ ਵੈਸੇ ਕਮਾਲ ਦੀ ਗੱਲ ਹੈ ਕਿ ਇੱਕ ਪਾਸੇ ਤੇ ਕੈਪਟਨ ਸਾਹਿਬ ਸਿਲੇਬਸ ਦੇ ਵਿੱਚ ਤਬਦੀਲੀ ਦੀ ਗੱਲ ਕਬੂਲ ਨਹੀਂ ਕਰਦੇ, ਪਰ ਦੂਜੇ ਪਾਸੇ ਦੱਸਦੇ ਪਏ ਆ ਕਿ ਇਸ ਮਸਲੇ ਦੀ ਜੜ ਹੀ ਅਕਾਲੀ ਆ। ਮਤਲਬ ਕਿ ਮਸਲਾ ਹੈ, ਆਪੇ ਕਹਿੰਦੇ ਕਿ ਮਸਲਾ ਕੋਈ ਨਹੀਂ ਹੈ, ਦੂਸਰੇ ਪਾਸੇ ਕਹਿੰਦੇ ਕਿ ਮਸਲਾ ਹੈ ਤੇ ਮਸਲੇ ਦੀ ਜੜ ਅਕਾਲੀ ਆ। ਪਰ ਜੋ ਵੀ ਆ, ਹੁਣ ਇਹਨਾਂ ਨੇ ਕਮੇਟੀ ਬਿਠਾ ਦਿੱਤੀ, ਪਰ ਉੱਧਰ ਸ਼੍ਰੋਮਣੀ ਕਮੇਟੀ ਵਾਲੇ ਕਹਿੰਦੇ ਆ ਕਿ ਦੇਖੋ ਜੀ 10 ਦਿਨਾਂ ਤੱਕ ਦਾ ਅਸੀਂ ਟਾਈਮ ਦਿੰਦੇ ਆ, ਉਸ ਤੋਂ ਬਾਅਦ ਫਿਰ ਇੱਕ ਪੰਥਕ ਇਕੱਠ ਸੱਦਿਆ ਜਾਊਗਾ, ਮੰਜੀ ਹੈਗਾ ਨਾ ਮੰਜੀ ਸਾਹਿਬ ਦੀਵਾਨ ਹਾਲ, ਉੱਥੇ ਅਸੀਂ ਇਕੱਠ ਕਰਾਂਗੇ ਤੇ ਫਿਰ ਅਗਲੀ ਰਣਨੀਤੀ ਉਲੀਕਾਂਗੇ। ਸੋ ਹੁਣ ਦੂਜੇ ਪਾਸੇ ਇਹਨਾਂ ਨੇ ਕਮੇਟੀ ਬਿਠਾ ਦਿੱਤੀ, ਪਰ ਕਮੇਟੀ ਦੇ ਵਿੱਚੋਂ ਵੀ ਅੱਜ ਇੱਕ ਚੀਜ਼ ਬੜੀ ਵਿਲੱਖਣ ਨਿਕਲੀ ਆ ਕਿ ਜਿਹੜੇ ਇਹਨਾਂ ਨੇ ਕਿਰਪਾਲ ਸਿੰਘ ਹਿਸਟੋਰੀਅਨ ਇਸ ਕਮੇਟੀ ਦੇ ਮੁਖੀ ਬਣਾਏ ਆ, ਉਹਨਾਂ ਬਾਬਤ ਤੇ ਇਹ ਸੁਣਨੋਂ ਮਿਲਦਾ ਪਿਆ ਕਿ ਬਜ਼ੁਰਗੀ ਦੀ ਅਵਸਥਾ ਦੇ ਵਿੱਚ ਚਲੇ ਗਏ ਆ, ਔਰ ਉਹਨਾਂ ਕੋਲੋਂ ਚੱਜ ਨਾਲ ਬੋਲ ਵੀ ਨਹੀਂ ਹੁੰਦਾ, ਸੁਣ ਵੀ ਨਹੀਂ ਪਾਉਂਦੇ ਹੋ, ਤੇ ਉਹ ਕਿਵੇਂ ਅਧਿਐਨ ਕਰਨਗੇ? ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਸਵਾਲ ਆ, ਕਿਉਂਕਿ ਉਹਨਾਂ ਨੂੰ ਕਮੇਟੀ ਦਾ ਮੁਖੀ ਬਣਾਇਆ ਗਿਆ। ਦੂਜੇ ਪਾਸੇ ਚੱਕਰ ਇਹ ਆ ਕਿ ਜਦੋਂ ਇੱਕ ਚੈਨਲ ਨੇ ਉਹਨਾਂ ਦੇ ਨਾਲ ਸੰਪਰਕ ਕਰਨ ਦਾ ਯਤਨ ਕੀਤਾ, ਉਹਨਾਂ ਦੇ ਨਾਲ ਤੇ ਗੱਲ ਨਹੀਂ ਹੋਈ, ਉਹਨਾਂ ਦੇ ਨੇੜੂ ਸਨ ਕੋਈ ਅਸਿਸਟੈਂਟ ਸਨ, ਤਾਂ ਉਹਨਾਂ ਨੇ ਦੱਸਿਆ ਕਿ ਸਾਨੂੰ ਤੇ ਤੁਹਾਡੇ ਤੋਂ ਪਤਾ ਲੱਗਦਾ ਪਿਆ ਕਿ ਕਿਰਪਾਲ ਸਿੰਘ ਜੀ ਨੂੰ ਇਹੋ ਜਿਹੀ ਕਮੇਟੀ ਦੀ ਬਾਗਡੋਰ ਦਿੱਤੀ ਗਈ ਹੈ, ਜਦਕਿ ਸਾਨੂੰ ਤੇ ਪਤਾ ਹੀ ਨੀ ਗਾ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸਾਰੀਆਂ ਨਿਕਲਦੀਆਂ ਪਈਆਂ, ਕੁੱਲ ਮਿਲਾ ਕੇ ਇਹ ਮਾਮਲਾ ਫਿਰ ਭੰਬਲ ਭੂਸੇ ਵਾਲਾ ਹੀ ਆ, ਕੁਛ ਵੀ ਕਲੀਅਰ ਨਹੀਂ ਹੋ ਰਿਹਾ। ਪਰ ਆ ਜਿਹੜੀ ਕਮੇਟੀ ਆ ਇਹ ਬਹੁਤ ਪਹਿਲੇ ਬਣਾ ਦੇਣੀ ਚਾਹੀਦੀ ਸੀਗੀ, ਕਿਉਂਕਿ ਜਿਸ ਤਰੀਕੇ ਨਾਲ ਇਹਨਾਂ ਨੇ ਗੋਲ ਮੋਲ ਜਵਾਬ ਦਿੱਤੇ, ਰਾਜਨੀਤੀ ਭਖਾਈ, ਉਹ ਸਭ ਕੁਛ ਚੱਲਿਆ ਆਪਣੀ ਥਾਂ ਤੇ, ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲਾਂ ਹੀ ਇਸ ਕਮੇਟੀ ਦਾ ਗਠਨ ਕਰ ਦੇਣਾ ਚਾਹੀਦਾ ਸੀਗਾ। ਹੁਣ ਕੀਤਾ, ਹੁਣ ਦੇਖੋ ਕੀ ਨਿਕਲਦਾ, ਕੀ ਇਹਦੇ ਵਿੱਚੋਂ ਇਹ ਚੀਜ਼ਾਂ ਜਿਹੜੀਆਂ ਨਿਕਲਣਗੀਆਂ ਉਹ ਠੀਕ ਹੋਣਗੀਆਂ ਜਾਂ ਨਹੀਂ ਹੋਣਗੀਆਂ, ਇਹ ਕਿਹਨੇ ਕੀਤਾ, ਕੀ ਇਹ ਚੀਜ਼ਾਂ ਸਾਫ਼ ਹੋਣਗੀਆਂ ਜਾਂ ਨਹੀਂ ਹੋਣਗੀਆਂ, ਇਹ ਕਈ ਸਵਾਲ ਆ। ਪਰ ਸਭ ਤੋਂ ਵੱਡਾ ਬੁਨਿਆਦੀ ਸਵਾਲ ਇਹੋ ਹੀ ਆ ਕਿ ਜੇ ਹਾਈ ਕੰਮ ਕਰਨੇ ਆ, ਕਮੇਟੀਆਂ ਬਿਠਾਉਣੀਆਂ, ਮੁੜ ਕੇ ਅਧਿਐਨ ਕਰਨੇ ਆ, ਤਾਂ ਜਿਸ ਸਮੇਂ ਸਾਰੀਆਂ ਚੀਜ਼ਾਂ ਕੀਤੀਆਂ ਜਾਂਦੀਆਂ, ਜਦੋਂ ਇਸ ਤਰ੍ਹਾਂ ਦੇ ਐਕਸਪੈਰੀਮੈਂਟ ਕੀਤੇ ਜਾਂਦੇ ਆ, ਉਦੋਂ ਹੀ ਇਸ ਤਰ੍ਹਾਂ ਦੇ ਜਿਹੜੇ ਹਿਸਟੋਰੀਅਨ ਆ ਜਾਂ ਬੁੱਧੀਜੀਵੀ ਆ, ਤਾਂ ਉਹਨਾਂ ਦਾ ਸਲਾਹ ਮਸ਼ਵਰਾ ਕਿਉਂ ਨਹੀਂ ਲਿਆ ਜਾਂਦਾ? ਇਹ ਵੀ ਇੱਕ ਅਹਿਮ ਸਵਾਲ ਆ। ਜੀ ਜੀ, ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਕੈਪਟਨ ਨੇ ਕੀਤਾ ਖੁਲਾਸਾ ਵੀ ਪਰਚਾ ਦਰਜ ਕਰਨ ਵਾਲੇ ਦਿਨ ਦਲਜੀਤ ਚੀਮਾ ਤੇ ਖਹਿਰਾ ਨਾਲ ਹੋਈ ਸੀ ਥਾਣੇਦਾਰ ਦੀ ਗੱਲਬਾਤ। ਇਹ ਪਹਿਲਾ ਥਾਣੇਦਾਰ ਆ ਜਿਹੜਾ ਇਸ ਸਮੇਂ ਆਪ ਲੁਕਦਾ ਫਿਰਦਾ, ਆਮ ਤੌਰ ਤੇ ਜਿੰਨਾ ਤੇ ਪਰਚਾ ਹੋ ਜਾਂਦਾ ਉਹ ਲੁਕਦੇ ਫਿਰਦੇ ਆ, ਇਹ ਥਾਣੇਦਾਰ ਪਰਚਾ ਕਰਕੇ ਲੁਕਦਾ ਫਿਰਦਾ। ਹੁਣ ਇਸ ਮਸਲੇ ਤੇ ਤੁਹਾਨੂੰ ਪਤਾ ਹੀ ਹੋਣਾ ਕਿ ਅੱਜ ਦਿਨ ਐਤਵਾਰ ਸੀਗਾ, ਵੀਕਐਂਡ ਦੇ ਵਿੱਚ ਇੱਕ ਇਹ ਖੁਲਾਸਾ ਹੋ ਗਿਆ ਕਿ ਜਿਸ ਦਿਨ ਜਾਂ ਜਿਸ ਰਾਤ ਇਹ ਪਰਚਾ ਦਰਜ ਕੀਤਾ ਜਾਂਦਾ, ਇਹਦੀ ਇੱਕ ਸੀਸੀਟੀਵੀ ਫੁਟੇਜ ਨਿਕਲ ਆਈ ਇੱਕ ਹੋਟਲ ਦੀ, ਜਲੰਧਰ ਦਾ ਬਹੁਤ ਵੱਡਾ ਹੋਟਲ ਆ, ਉੱਥੇ ਇਹ ਇੱਕ ਪੁਸ਼ਕੀ ਬੀਬੀ ਆ, ਇਹ ਦੋਵੇਂ ਨਜ਼ਰ ਆਉਂਦੇ ਆ। ਫਿਰ ਸਾਡੇ ਮੀਡੀਆ ਚ ਤੁਹਾਨੂੰ ਪਤਾ ਉਹ ਮੱਖੀਆਂ ਉਧੇੜ ਦਿੰਦੇ ਆ ਮਾਮਲੇ ਦੀਆਂ, ਉਹ ਤੇ ਸ਼ਰਾਬ ਦਾ ਬਿੱਲ ਵੀ ਕੱਢੀ ਫਿਰਦੇ ਕਿ ਰਾਤੋ ਰਾਤ ਸ਼ਰਾਬ ਦਾ ਬਿੱਲ ਆ ਜਿਹੜਾ 30,000 ਰੁਪਇਆ ਬਣ ਗਿਆ। ਖੈਰ ਉਹ 30,000 ਕਿਵੇਂ ਤਾਰਿਆ ਨੇ ਕਿਵੇਂ ਨਹੀਂ ਤਾਰਿਆ ਉਸ ਚੱਕਰ ਚ ਆਪਾਂ ਨਾ ਪਈਏ, ਪਰ ਉਸ ਤੋਂ ਬਾਅਦ ਰਾਜਨੀਤੀ ਇੱਥੇ ਬੜੀ ਤੇਜ਼ ਹੋਈ ਆ, ਕਿਉਂਕਿ ਉਸ ਥਾਣੇਦਾਰ ਨੂੰ ਕਿਰਦਾਰ ਪੱਖੋਂ ਵੀ ਇਹਨਾਂ ਨੇ ਹੌਲਿਆਂ ਵਿਖਾਉਣ ਦਾ ਯਤਨ ਕੀਤਾ, ਔਰ ਨਾਲ ਉਹਦਾ ਜੋੜਿਆ ਗਿਆ ਕਿ ਜਿਸ ਸਮੇਂ ਉਹ FIR ਦਰਜ ਕੀਤੀ ਗਈ ਆ ਉਸ ਸਮੇਂ SHO ਜਿਹੜਾ ਉਹ ਥਾਣੇ ਦੇ ਵਿੱਚ ਮੌਜੂਦ ਹੀ ਨਹੀਂ ਸੀ। ਤੀਜੀ ਚੀਜ਼ ਇਹ ਜੋੜੀ ਗਈ ਆ
ਤੇ ਥਾਣੇਦਾਰ ਲਗਾਤਾਰ ਆਪੋਜੀਸ਼ਨ ਦੇ ਲੀਡਰਾਂ ਦੀ ਟੱਚ ਦੇ ਵਿੱਚ ਸੀਗਾ, ਉਹਨਾਂ ਦੇ ਸੰਪਰਕ ਦੇ ਵਿੱਚ ਸੀਗਾ, ਜਿਨ੍ਹਾਂ ਦੇ ਵਿੱਚ ਦੋ ਨਾਂ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਆ ਉਹ ਸ਼ਰੇਆਮ ਕਰ ਦਿੱਤੇ ਆ। ਇੱਕ ਤੇ ਹੈਗਾ ਦਲਜੀਤ ਸਿੰਘ ਚੀਮਾ ਹੋਰਾਂ ਦਾ, ਦੂਸਰਾ ਹੈਗਾ ਸੁਖਪਾਲ ਸਿੰਘ ਖਹਿਰਾ ਦਾ। ਉਹ ਕਹਿੰਦੇ ਆ ਕਿ ਇਹ ਦੋਵੇਂ ਲੀਡਰ ਸਨ ਜਿਨ੍ਹਾਂ ਦੇ ਨਾਲ ਇਸ ਥਾਣੇਦਾਰ ਨੇ ਗੱਲਬਾਤ ਕੀਤੀ ਹੈ। ਤਾਂ ਦਲਜੀਤ ਸਿੰਘ ਚੀਮਾ ਹੋਰਾਂ ਨੇ ਅੱਜ ਜਵਾਬ ਵੀ ਦਿੱਤਾ, ਉਹ ਕਹਿੰਦਾ ਜੀ ਕਿ ਹਾਂ ਮੇਰੇ ਨਾਲ ਗੱਲ ਹੋਈ ਆ, ਔਰ ਅੱਜ ਵੀ ਉਹ ਕਹਿੰਦਾ ਗੱਲ ਹੋਈ ਆ ਤੇ ਤਿੰਨ ਦਫਾ ਹੋਈ ਆ ਮੇਰੇ ਨਾਲ। ਉਹ ਕਹਿੰਦਾ ਥਾਣੇਦਾਰ ਰੋਂਦਾ ਪਿਆ ਕਿ ਮੈਨੂੰ ਧਮਕਾਇਆ ਜਾ ਰਿਹਾ, ਮੈਨੂੰ ਬਹੁਤ ਵੱਡੇ ਦਬਾਅ ਹੇਠ ਲਿਆਂਦਾ ਜਾ ਰਿਹਾ, ਮੇਰੀ ਨੌਕਰੀ ਤੇ ਛੱਡੋ, ਮੇਰੀ ਤੇ ਜਾਨ ਬਚ ਜਾਵੇ ਬਹੁਤ ਆ। ਸੋ ਜਦੋਂ ਇੱਕ ਅਫਸਰ ਇਹੋ ਜਿਹਾ ਪਰਚਾ ਕੱਟ ਕੇ ਇਸ ਤਰ੍ਹਾਂ ਦੇ ਦਬਾਅ ਉਠਾਉਂਦਾ ਤੇ ਜੇ ਉਹ ਆਪੋਜੀਸ਼ਨ ਲੀਡਰਾਂ ਦੇ ਨਾਲ ਗੱਲਬਾਤ ਕਰਦਾ, ਕੋਈ ਇਮਦਾਦ ਵਾਸਤੇ ਕੋਈ ਰਸਤਾ ਖੋਜਣ ਵਾਸਤੇ ਜੇ ਸੰਪਰਕ ਕਰਦਾ ਤੇ ਇਹਦੇ ਚ ਗਲਤ ਕੀ ਆ? ਹੁਣ ਇਹਨਾਂ ਨੇ ਦਲਜੀਤ ਸਿੰਘ ਚੀਮਾ ਹੋਰਾਂ ਨੇ ਨਾਲ ਇਹ ਵੀ ਵੰਗਾਰ ਕੀਤੀ, ਇਹਨਾਂ ਨੂੰ ਵੰਗਾਰ ਪਾਈ ਆ ਕਿ ਤੁਸੀਂ ਜਾ ਤੇ ਫਿਰ ਇਹ ਵੀ ਕਰੋ ਕਿ ਸਾਰੀਆਂ ਜਿਹੜੀਆਂ ਕਾਲ ਡਿਟੇਲਸ ਨੇ, ਜਿੰਨੀਆਂ ਜਿੰਨੀਆਂ ਵੀ ਕਾਲਾਂ ਹੋਈਆਂ ਉਸ ਥਾਣੇਦਾਰ ਨੂੰ, ਉਹ ਸਾਰੀਆਂ ਦੀਆਂ ਸਾਰੀਆਂ ਜਨਤਕ ਕਰ ਦਿਓ। ਹੁਣ ਤੁਸੀਂ ਸਾਡਾ ਤੇ ਨਾ ਜਨਤਕ ਕਰ ਦਿੱਤਾ, ਯਾਨੀ ਦਾ ਮਤਲਬ ਕਿ ਤੁਸੀਂ ਕਾਲਾਂ ਜਿਹੜੀਆਂ ਸਾਡੀਆਂ ਉਹ ਜਾਂ ਟੇਪ ਕੀਤੀਆਂ ਨੇ ਜਾਂ ਟਰੇਸ ਕੀਤੀਆਂ ਨੇ, ਜਿਵੇਂ ਮਰਜ਼ੀ ਕੀਤੀਆਂ। ਉਹ ਕਹਿੰਦੇ ਆ ਕਿ ਦੂਸਰੀਆਂ ਕਾਲਾਂ ਜਿਹੜੀਆਂ ਹੋਈਆਂ ਉਹ ਵੀ ਜਾ ਕੇ ਡਿਸਕਲੋਜ਼ ਕਰ ਦਿਓ, ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਧਮਕੀਆਂ ਦੇਣ ਵਾਲੇ ਕੌਣ ਸਨ ਤੇ ਧਮਾਕੇ ਕਰਨ ਵਾਲੇ ਕਿਹੜੇ ਸੀਗੇ। ਸੋ ਇਹ ਮਾਮਲਾ ਹੁਣ ਕਾਫੀ ਗੁੰਝਲਦਾਰ ਹੋਇਆ ਪਿਆ। ਵੈਸੇ ਕੈਪਟਨ ਅਮਰਿੰਦਰ ਸਿੰਘ ਦਾ ਤੁਹਾਨੂੰ ਪਤਾ ਹੀ ਆ, ਪੁਲਿਸ ਵਾਲਿਆਂ ਨਾਲ ਕੁਛ ਖਾਸ ਪਿਆਰ ਆ, ਕਈ ਮਾਮਲਿਆਂ ਚ ਪੁਲਿਸ ਵਾਲਿਆਂ ਨੂੰ ਉਹ ਥੋੜੀ ਜਿਹੀ ਰਿਆਇਤ ਵੀ ਦੇ ਜਾਂਦੇ ਆ, ਕਈ ਮਾਮਲਿਆਂ ਦੇ ਵਿੱਚ ਉਹ ਪੁਲਿਸ ਵਾਲਿਆਂ ਨੂੰ ਰਗੜ ਵੀ ਜਾਂਦੇ ਆ। ਹੁਣ ਇਸ ਮਾਮਲੇ ਦੇ ਵਿੱਚ ਅੱਗੇ ਜਾ ਕੇ ਕੀ ਹੋਊਗਾ, ਉਹ ਥੋੜੇ ਥੋੜੇ ਸੰਕੇਤ ਮਿਲਦੇ ਹੀ ਪਏ ਆ। ਲੱਗਦਾ ਇਹ ਆ ਕਿ ਜਿਹੜਾ ਹੈਗਾ ਇਹਨਾਂ ਦਾ ਇੰਸਪੈਕਟਰ ਪੰਜਾਬ ਪੁਲਿਸ ਵਾਲਿਆਂ ਦਾ, ਉਹਦੇ ਤਾਂ ਗ੍ਰਹਿ ਨਛੱਤਰ ਜਿਹੜੇ ਆ ਥੋੜੇ ਖਰਾਬ ਹੋਣਗੇ, ਕਿਉਂਕਿ ਲਾਡੀ ਸ਼ੇਰੋਵਾਲੀਆ ਨੂੰ ਇਹਨਾਂ ਨੇ ਕਲੀਨ ਚਿੱਟ ਦੇਣ ਦਾ ਪੂਰਾ ਪੂਰਾ ਇੰਤਜ਼ਾਮ ਕਰ ਲਿਆ। ਉਹ ਇੱਕ ਇਨਵੈਸਟੀਗੇਸ਼ਨ ਹੋਈ ਆ, ਉਹਦੇ ਚ ਪੰਚਾਇਤ ਮੈਂਬਰ ਸੱਦੇ ਗਏ ਆ, ਗੱਲਬਾਤ ਪੁੱਛੀ ਗਈ ਆ, ਕਹਿੰਦੇ ਜੀ ਕਿਸੇ ਨੇ ਤਸਦੀਕ ਹੀ ਨੀ ਕੀਤਾ ਕਿ ਨਜਾਇਜ਼ ਮਾਈਨਿੰਗ ਹੋਈ ਆ। ਤਾਂ ਮਤਲਬ ਇਹ ਆ ਕਿ ਉਹਨੂੰ ਕਲੀਨ ਚਿੱਟ ਮਿਲ ਜਾਣੀ ਆ ਤੇ ਇਹ ਜਿਹੜਾ ਥਾਣੇਦਾਰ ਆ ਇਹ ਵਲੇਟੇ ਦਾ ਸ਼ਿਕਾਰ ਹੋ ਜਾਊਗਾ। ਪਰ ਦੂਜੇ ਪਾਸੇ ਦੇਖੋ, ਗੱਲ ਤੇ ਜਿਹੜੀ ਕਰਨ ਵਾਲੀ ਆ ਉਹ ਕਰਦੇ ਨੀ ਗੱਲ, ਜਿਹੜੀ ਸਹਿਦੀ ਕਹਿੰਦੇ ਗੱਲ ਸਹਿਦੀ ਨੀ, ਗੱਲ ਪਹਿਦੀ ਆ, ਉਹ ਗੱਲ ਪਹਿਦੀ ਕੀਤੀ ਨੀ ਜਾ ਰਹੀ। ਕਿਉਂਕਿ ਦੇਖੋ ਮਸਲਾ ਇੱਥੋਂ ਤੱਕ ਉਲਝਾ ਲਿਆ ਗਿਆ ਕਿ ਜੀ ਐਫ ਆਈ ਆਰ ਥਾਣੇਦਾਰ ਨੇ ਸਹੀ ਕੀਤੀ ਜਾਂ ਗਲਤ ਕੀਤੀ ਆ, ਪਰ ਰੌਲਾ ਇਹ ਆ ਕਿ ਜਿਹੜੇ ਪਹਿਲਾਂ ਸਟਿੰਗ ਹੋਏ ਜਾਂ ਪ੍ਰੈਸ ਕਾਨਫਰੰਸਾਂ ਹੋਈਆਂ ਉਹ ਕੀ ਸੀਗੀ, ਕੀ ਇਹਨਾਂ ਦੀ ਅੰਦਰੂਨੀ ਰਾਜਨੀਤੀ ਸੀ ਜਾਂ ਉਹਦੇ ਵਿੱਚ ਕੋਈ ਸੱਚਾਈ ਸੀਗੀ? ਯਾਨੀ ਜਿਹੜੀ ਜਾਂਚ ਪੜਤਾਲ ਲਾਡੀ ਸ਼ੇਰੋਵਾਲੀਏ ਤੱਕ ਜਾਂਦੀ ਆ, ਤਾਂ ਉਹ ਸਿਰਫ ਇੱਥੋਂ ਤੱਕ ਹੀ ਕਿਉਂ ਸੀਮਤ ਕੀਤੀ ਜਾਂਦੀ ਆ? ਉਹਨੂੰ ਸਟਿੰਗ ਤੱਕ ਕਿਉਂ ਨੀ ਲਿਜਾਇਆ ਜਾਂਦਾ, ਜਾਂ ਜਿਹੜੇ ਇੱਕ ਕਿਸਾਨ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਤੱਕ ਕਿਉਂ ਨੀ ਖੜਿਆ ਜਾਂਦਾ? ਇਹਦਾ ਜਵਾਬ ਕਿਸੇ ਕਾਂਗਰਸੀ ਕੋਲ ਨੀ ਹੈਗਾ। ਜੀ ਜੀ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਮਿੰਟੂ ਜੀ, ਵੀ ਨਜਾਇਜ਼ ਮਾਈਨਿੰਗ ਤੇ ਬਣੀ ਕਮੇਟੀ ਨੇ ਸਰਕਾਰ ਨੂੰ ਰਿਪੋਰਟ ਸੌਂਪੀ। ਦੇਖੋ ਇਹ ਜਿਹੜੀ ਰਿਪੋਰਟ ਇਹਨਾਂ ਨੇ ਸੌਂਪ ਦਿੱਤੀ ਅੱਜ, ਇਹ ਕਮੇਟੀ ਜਿਹੜੀ ਸੀਗੀ ਇਹ ਨਵਜੋਤ ਸਿੱਧੂ ਦੀ ਦੇਖ ਰੇਖ ਹੇਠ ਬਣੀ ਆ। ਉਹ ਇਸ ਕਮੇਟੀ ਦਾ ਜਾਂ ਸਬ ਕਮੇਟੀ ਦਾ ਕਹਿ ਲਓ ਕਿ ਮੁਖੀਆ, ਵੈਸੇ ਤੇਲੰਗਾਨਾ ਦੇ ਵਿੱਚ ਵੀ ਗਿਆ ਔਰ ਉਦੋਂ ਗਿਆ ਸੀਗਾ ਜਦੋਂ ਸੁਪਰੀਮ ਕੋਰਟ ਦੇ ਵਿੱਚ ਉਹਦੀ ਸੁਣਵਾਈ ਸ਼ੁਰੂ ਹੋ ਗਈ ਸੀ ਦੂਜੇ ਪਾਸਿਓਂ। ਤਾਂ ਇਹਨੇ ਹੁਣ ਜਿਹੜੀ ਰਿਪੋਰਟ ਸੌਂਪੀ ਆ ਸਬ ਕਮੇਟੀ ਨੇ, ਉਹਦੇ ਵਿੱਚ ਕਾਫੀ ਵਧੀਆ ਸੁਝਾਅ ਦਿੱਤੇ ਆ। ਵੈਸੇ ਟ੍ਰਿਬਿਊਨ ਵਾਲਿਆਂ ਨੇ ਇਹ ਰਿਪੋਰਟ ਜਿਹੜੀ ਆ ਉਹ ਪਹਿਲਾਂ ਛਾਪ ਦਿੱਤੀ ਸੀਗੀ, ਮਤਲਬ ਕਿ ਇਹਨਾਂ ਨੇ ਅੱਜ ਜਾ ਕੇ ਉਹ ਜਿਹੜੀ ਰਿਪੋਰਟ ਸੌਂਪੀ ਆ, ਪਰ ਟ੍ਰਿਬਿਊਨ ਨੇ ਅੱਜ ਦੇ ਅਖਬਾਰ ਚ ਯਾਨੀ ਜਿਹੜੇ ਤੜਕੇ ਅਖਬਾਰ ਆਏ ਆ ਉਹਨਾਂ ਦੇ ਵਿੱਚ ਹੀ ਇਹ ਸਾਰੀ ਰਿਪੋਰਟ ਦੇ ਮੁੱਖ ਤੱਤ ਜਿਹੜੇ ਸੀਗੇ ਉਹ ਛਾਪ ਦਿੱਤੇ ਸੀਗੇ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਕਿ ਇਹ ਇੱਕ ਪੰਜਾਬ ਸਟੇਟ ਮਿਨਰਲ ਡਿਵੈਲਪਮੈਂਟ ਕਾਰਪੋਰੇਸ਼ਨ ਨਾਂ ਦਾ ਪੋਰਟਲ ਬਣਾਉਣਾ ਚਾਹੁੰਦੇ ਆ, ਖਾਸ ਤੌਰ ਤੇ ਯਾਨੀ ਇੱਕ ਕਮਿਸ਼ਨ ਦੇ ਜ਼ਰੀਏ ਇਹ ਰੇਤ ਵੇਚਣ ਦਾ ਕੰਮ ਚਲਾਉਣਾ ਚਾਹੁੰਦੇ ਹਨ। ਫਿਰ ਇਹ ਕਹਿੰਦੇ ਆ ਕਿ ਹਰੇਕ ਸਟਾਕ ਯਾਰਡ ਲਈ ਇਲੈਕਟ੍ਰੋਨਿਕ ਕੰਡਾ ਹੋਵੇਗਾ ਜਿਹੜਾ ਕੇਂਦਰੀ ਸਰਵਰ ਨਾਲ ਜੋੜਿਆ ਜਾਊਗਾ। ਰੇਤੇ ਦੀ ਢੋਆ ਢੁਆਈ ਵੀ ਵਰਤੇ ਜਾਂਦੇ, ਜਿਹੜੇ ਸਾਰੇ ਵਾਹਨ ਆ ਜਾਂ ਟਿੱਪਰ ਵਗੈਰਾ ਹੁੰਦੇ ਜਿਹੜੇ, ਤਾਂ ਉਹਨਾਂ ਨੂੰ ਸੈਂਟ ਪੋਰਟਲ ਤੇ ਰਜਿਸਟਰ ਕੀਤਾ ਜਾਊਗਾ ਤੇ ਸਾਰੇ ਜਿਹੜੇ ਆ ਉਹ GPS RFID ਟੈਗ ਰਾਹੀਂ ਟਰੈਕ ਕੀਤੇ ਜਾਣਗੇ। ਇਸ ਤੋਂ ਇਲਾਵਾ ਕਾਰਪੋਰੇਸ਼ਨ ਵੱਲੋਂ ਨਿਸ਼ਾਨਦੇਹੀ ਵਾਲੇ ਖੇਤਰ ਵਿੱਚ ਚੱਲ ਰਹੇ ਖਨਨ ਦੀ ਨਿਗਰਾਨੀ ਰੱਖਣ ਲਈ ਜੀਓ ਟੈਗਿੰਗ ਮਾਈਨਿੰਗ ਸਰਵੇਲੈਂਸ ਸਿਸਟਮ ਜਿਹੜੇ ਉਹ ਵੀ ਲਾਏ ਜਾਣਗੇ। ਫਿਰ ਆਮਦਨ ਅਤੇ ਕਰ ਵਿਭਾਗ ਦੇ ਸੀਮੈਂਟ ਦੀ ਖਪਤ ਸੰਬੰਧੀ ਰਿਕਾਰਡ ਦੇ ਆਧਾਰ
ਤੇ ਰੇਤ ਅਤੇ ਬਜਰੀ ਦੀ ਮੰਗ ਨਿਰਧਾਰਿਤ ਕੀਤੀ ਜਾਊਗੀ। ਯਾਨੀ ਇਸ ਤਰ੍ਹਾਂ ਦੇ ਇਹਨਾਂ ਨੇ ਸੁਜੈਸ਼ਨ ਜਿਹੜੇ ਉਹ ਦਿੱਤੇ। ਇਸ ਤੋਂ ਇਲਾਵਾ ਕੁਛ ਹੋਰ ਨਿਕਲੇ ਆ, ਜਿੱਦਾਂ ਖਾਸ ਤੌਰ ਤੇ ਮਿੱਟੀ ਦੀ ਪਟਾਈ ਕੀਤੀ ਜਾਂਦੀ ਹੈ ਜਾਂ ਭੱਠਾ ਮਾਲਕ ਜਿਹੜੇ ਜਾਂ ਕਰਸ਼ਨ ਮਾਲਕ ਆ ਇਸ ਤਰ੍ਹਾਂ ਦੀ ਪਟਾਈ ਕਰਦੇ ਆ, ਇਹਦੇ ਤੇ ਕਹਿੰਦੇ ਆ ਕਿ ਲਾਇਸੈਂਸ ਫੀਸ ਲਾ ਦਿੱਤੀ ਜਾਵੇ। ਦੂਸਰਾ ਹੈ ਕਿ ਜੋ ਸਮੱਗਰੀ ਮਾਈਨਿੰਗ ਨਾਲ ਜੁੜੀ ਪੰਜਾਬ ਤੋਂ ਬਾਹਰੋਂ ਆਉਂਦੀ ਆ ਉਹਦੇ ਤੇ ਐਂਟਰੀ ਟੈਕਸ ਲਾ ਦਿੱਤਾ ਜਾਵੇ, ਮਤਲਬ ਕਿ ਉਹ ਮਹਿੰਗੀ ਹੋ ਜਾਵੇ ਤਾਂ ਜਿਹੜੀ ਇੱਥੋਂ ਦੀ ਸਮੱਗਰੀ ਆ ਉਹੀ ਇੱਥੇ ਵਰਤੋਂ ਚ ਆਵੇ। ਤਾਂ ਇਹ ਜੇ ਸਭ ਕੁਛ ਕਰ ਲਿਆ ਜਾਂਦਾ ਤਾਂ ਕਮੇਟੀ ਕਹਿੰਦੀ ਆ, ਜਿਹਨੂੰ ਆਪਾਂ ਸਬ ਕਮੇਟੀ ਕਹਿ ਦਿੰਦੇ ਆ, ਤਾਂ ਉਹ ਸਬ ਕਮੇਟੀ ਕਹਿੰਦੀ ਆ ਕਿ ਜਿਹੜੀ ਇਨਕਮ ਹੈ ਪੰਜਾਬ ਦੀ ਉਹ ਇੱਕ ਸਾਲ ਚ ਫਿਰ 5,000 ਕਰੋੜ ਨੂੰ ਛੋਣ ਲੱਗ ਜਾਏਗੀ। ਤਾਂ ਵੈਸੇ ਉਹ ਕਹਿੰਦੇ ਆ ਕਿ ਅਕਾਲੀਆਂ ਨੇ ਜੋ ਆਮਦਨ ਲਈ ਆ ਇਸ ਸਾਰੇ ਕਾਰੋਬਾਰ ਚੋਂ ਉਹ 10 ਸਾਲਾਂ ਚ 400 ਕਰੋੜ ਲਈ ਆ, ਮੈਂ 400 ਕਰੋੜ ਯਾਨੀ ਇੱਕ ਸਾਲ ਦੀ 40 ਕਰੋੜ, ਪਰ ਜੇ ਸਾਰੇ ਸੁਧਾਰ ਅਸੀਂ ਕਰ ਲਈਏ ਤਾਂ ਇਹ ਆਮਦਨ ਸਾਲਾਨਾ ਬਣ ਜਾਣੀ ਆ 5,000 ਕਰੋੜ ਦੀ। ਤਾਂ ਮੇਰੇ ਖਿਆਲ ਦੇ ਨਾਲ ਇਹ ਠੀਕ ਪਹਿਲ ਕਦਮੀ ਆ ਜੇ ਇਹ ਅਮਲ ਚ ਲੈ ਆਉਂਦੇ ਆ। ਪਰ ਦੂਜੇ ਪਾਸੇ ਦੇਖੋ ਜਿਹੜੀਆਂ ਚੀਜ਼ਾਂ ਅਸੀਂ ਹੁਣ ਤੱਕ ਦੇਖਦੇ ਆਏ ਆ, ਹੁਣ ਤੱਕ ਖਬਰਾਂ ਚ ਸੁਣਦੇ ਆਏ ਆ ਜਾਂ ਤੱਥਾਂ ਰਾਹੀਂ ਸਾਡੇ ਜਿੰਨੀਆਂ ਕੁ ਸਾਹਮਣੇ ਆਈਆਂ ਉਹ ਇਹੋ ਹੀ ਆ ਕਿ ਜਿਹੜੀ ਇਲੀਗਲ ਮਾਈਨਿੰਗ ਹੋਈ ਆ ਉਹ ਬਹੁਤ ਵੱਡੇ ਪੱਧਰ ਤੇ ਹੋਈ ਆ। ਇੱਕ ਸਾਲ ਦੇ ਵਿੱਚ 10-10,000 ਕਰੋੜ ਰੁਪਈਏ ਦਾ ਚੂਨਾ ਲੱਗਿਆ। ਪਰ ਇਹਨਾਂ ਕੰਮ ਜਿਹੜਾ ਚੱਲ ਗਿਆ 7 ਸਾਲ 8 ਸਾਲ 10 ਸਾਲ ਜਿਹੜਾ ਚੱਲ ਗਿਆ, ਕੀ ਉਹ ਸਾਰਾ ਜਿਹੜਾ ਮਾਫ ਕਰ ਦਿੱਤਾ ਜਾਊਗਾ ਚੋਰੀ ਚਕਾਰੀ ਵਾਲਾ ਧੰਦਾ? ਯਾਨੀ ਜਿਨ੍ਹਾਂ ਨੇ ਲੁੱਟਿਆ ਪੰਜਾਬ ਨੂੰ ਚੂਸਿਆ, ਕੀ ਉਹਨਾਂ ਨੂੰ ਇਹ ਰਹਿ ਦਿੱਤੀ ਜਾਊਗੀ ਕਿ ਹਾਂ ਭਾਈ ਜਿੰਨਾ ਤੁਸੀਂ ਕਰ ਲਿਆ ਸੋ ਕਰ ਲਿਆ? ਸੋ ਜ਼ਰੂਰਤ ਤੇ ਇਸ ਗੱਲ ਦੀ ਸੀਗੀ ਕਿ ਜੋ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀਗਾ ਕਿ ਮੈਂ ਸਾਰਿਆਂ ਦੇ ਨਾਲ ਹਿਸਾਬ ਕਿਤਾਬ ਕਰੂੰ, ਚਾਹੇ ਉਹ ਲੈਂਡ ਮਾਫੀਆ ਹੋਵੇ, ਸੈਂਡ ਮਾਫੀਆ ਹੋਵੇ ਜਾਂ ਕੋਈ ਹੋਰ ਮਾਫੀਆ ਹੋਵੇ, ਤਾਂ ਹੁਣ ਹਿਸਾਬ ਕਿਤਾਬ ਕਰਨ ਦੀ ਥਾਂ ਤੇ ਸੈਟਲਮੈਂਟ ਕਿਉਂ ਕੀਤੀ ਜਾ ਰਹੀ ਆ ਕਿ ਜਿੰਨਾ ਤੁਸੀਂ ਲੁੱਟ ਲਿਆ ਤੁਹਾਨੂੰ ਮੁਬਾਰਕ ਆ, ਹੁਣ ਗਾਹ ਤੋਂ ਅਸੀਂ ਕਾਰਪੋਰੇਸ਼ਨ ਬਣਾ ਲਵਾਂਗੇ। ਕਾਰਪੋਰੇਸ਼ਨ ਬਣਾਉਣ ਬਹੁਤ ਵਧੀਆ ਆਈਡੀਆ, ਸ਼ਰਾਬ ਦੇ ਕਾਰੋਬਾਰ ਚ ਵੀ ਏਦਾਂ ਹੋਣਾ ਚਾਹੀਦਾ। ਪਰ ਸਭ ਤੋਂ ਵੱਡਾ ਸਵਾਲ ਤੇ ਇਹ ਆ ਕਿ ਜਿਨ੍ਹਾਂ ਨੂੰ ਇਹ ਭੰਡਦੇ ਹੁੰਦੇ ਸੀਗੇ, ਜਿਨ੍ਹਾਂ ਨੂੰ ਇਹ ਨਿੰਦਦੇ ਹੁੰਦੇ ਸੀਗੇ ਕਿ ਪੰਜਾਬ ਨੂੰ ਇਹਨਾਂ ਨੇ ਨੋਚ ਲਿਆ, ਪੰਜਾਬ ਨੂੰ ਇਹਨਾਂ ਨੇ ਚੂਸ ਲਿਆ, ਉਹਨਾਂ ਨੂੰ ਇਹ ਛੂਟ ਕਿਉਂ ਦਿੱਤੀ ਜਾ ਰਹੀ, ਸੈਟਲਮੈਂਟ ਕਿਉਂ ਕੀਤੀ ਜਾ ਰਹੀ ਉਹਨਾਂ ਦੇ ਨਾਲ? ਇਹ ਇੱਕ ਬਹੁਤ ਅਹਿਮ ਸਵਾਲ ਰਹੇਗਾ। ਜੀ 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 ਤੇ ਮਿੰਟੂ ਜੀ, ਅਗਲੀ ਆਪਾਂ ਗੱਲ ਕਰਦੇ ਹਾਂ ਵੀ ਬੇਟੀਆਂ ਨੂੰ ਗੋਦ ਲੈਣ ਦੇ ਮਾਮਲੇ ਵਿੱਚ ਪੰਜਾਬ ਅੱਗੇ ਵਧਿਆ। ਦੇਖੋ ਇਹੋ ਜਿਹੇ ਮਾਮਲਿਆਂ 'ਚ ਜੇ ਪੰਜਾਬ ਅੱਗੇ ਵਧੇ ਤੇ ਬਹੁਤ ਵਧੀਆ ਚੀਜ਼ ਆ, ਕਿਉਂਕਿ ਹੋਰ ਜਦੋਂ ਪੁੱਠੇ ਜੇ ਕੰਮਾਂ 'ਚ ਅੱਗੇ ਵਧਦੇ ਹਾਂ ਅਸੀਂ ਤੇ ਫਿਰ ਉਹਦੀ ਥੋੜੀ ਲੱਜਾ ਆਉਂਦੀ ਆ, ਸ਼ਰਮ ਆਉਂਦੀ ਆ। ਖੈਰ ਦੇਖੋ ਇਹ ਜਿਹੜਾ ਇੱਕ ਕੌਮੀ ਡਾਟਾ ਹੈ, ਸਾਡਾ ਕੌਮੀ ਰਿਕਾਰਡ ਆ, ਉਹਦੇ ਵਿੱਚੋਂ ਪੰਜਾਬ ਨੇ ਬਾਜ਼ੀ ਮਾਰੀ ਆ। ਪੰਜਾਬ ਨੇ ਬਾਜ਼ੀ ਇਸ ਤਰ੍ਹਾਂ ਮਾਰੀ ਆ ਕਿ ਦੇਖੋ ਜਿੰਨੀਆਂ ਔਲਾਦਾਂ ਗੋਦ ਲਈਆਂ ਜਾਂਦੀਆਂ ਉਹਨਾਂ ਦੇ ਵਿੱਚੋਂ ਇੱਕ ਅੰਕੜਾ ਕੱਢਿਆ ਜਾਂਦਾ ਕਿ ਬੱਚੀਆਂ ਕਿੰਨੀਆਂ ਨੇ, ਬੱਚੇ ਕਿੰਨੇ ਆ, ਯਾਨੀ ਮੁੰਡੇ ਕਿੰਨੇ ਆ, ਕੁੜੀਆਂ ਕਿੰਨੀਆਂ। ਤਾਂ ਇਸ ਆਧਾਰ ਤੇ ਵੈਸੇ ਗਿਣਤੀ ਦੇ ਪੱਖੋਂ ਤੇ ਮਹਾਰਾਸ਼ਟਰ ਮੋਹਰੀ ਆ, ਪਰ ਫੀਸਦੀ ਦੇ ਹਿਸਾਬ ਦੇ ਨਾਲ ਪੰਜਾਬ ਜਿਹੜਾ ਉਹ ਇੰਡੀਆ ਚੋਂ ਟੋਪ ਤੇ ਆ, ਕਿਉਂਕਿ ਇੱਥੇ ਜਿਹੜੇ ਗੋਦ ਲੈਂਦੇ ਯਾਨੀ ਅਡੋਪਸ਼ਨ ਕੇਸ ਆ ਜਿਹੜੇ, ਉਹਨਾਂ ਦੇ ਵਿੱਚ 75-82% ਆ ਜਿਹੜੀਆਂ ਉਹ ਲੜਕੀਆਂ ਨੂੰ ਗੋਦ ਲਿਆ ਜਾਂਦਾ। ਯਾਨੀ ਜੇ ਆਪਾਂ ਕੌਮੀ ਪੱਧਰ ਤੇ ਅੰਕੜਾ ਚੁੱਕੀਏ ਤੇ ਉਹ ਦੱਸਦੇ ਆ ਕਿ 60-70% ਆ, ਤਾਂ ਕੌਮੀ ਪੱਧਰ ਦਾ ਜਿਹੜਾ ਅੰਕੜਾ ਹੈ ਉਹਦੇ ਨਾਲੋਂ 20-22% ਇਕੱਲੇ ਪੰਜਾਬ ਦਾ ਵੱਧ ਜਾਣਾ ਇੱਕ ਸ਼ੁਭ ਸੰਕੇਤ ਆ ਕਿ ਲੜਕੀਆਂ ਨੂੰ ਅਡੋਪਸ਼ਨ ਕੇਸਾਂ ਦੇ ਵਿੱਚ ਪਹਿਲ ਦਿੱਤੀ ਜਾਣ ਲੱਗ ਪਈ ਆ। ਵੈਸੇ ਵੀ ਸਾਡਾ ਬਹੁਤ ਵਧੀਆ ਸੁਧਾਰ ਹੋਇਆ, ਜਿਵੇਂ ਆਪਾਂ ਅੱਗੇ ਦੇਖਦੇ ਸੀ ਕੁੜੀ ਮਾਰ ਵਾਲਾ ਇੱਕ ਟੈਗ ਲੱਗਾ ਸੀਗਾ, ਤਾਂ ਜਿਹੜਾ ਲਿੰਗ ਅਨੁਪਾਤ ਸੀਗਾ ਉਹ ਵੀ ਸੁਧਰਿਆ। ਇਹਦੇ ਵਿੱਚ ਕੋਈ ਸ਼ੱਕ ਨੀ, ਕੋਈ ਦੋਰਾ ਹੀ ਨੀ ਕਿ ਹਾਲੇ ਵੀ ਬਹੁਤ ਸੁਧਾਰ ਦੀ ਗੁੰਜਾਇਸ਼ ਆ। ਪਰ ਜਿਹੜੀ ਬਦਨਾਮੀ ਸੀਗੀ ਉਹ ਹੁਣ ਬਦਨਾਮੀ ਜਿਹੜੀ ਉਹ ਸੁਧਾਰ ਚ ਬਦਲ ਗਈ ਕਿ ਚਲੋ ਪੰਜਾਬ ਸੁਧਾਰ ਕਰਦਾ ਪਿਆ ਤੇ ਬੜੇ ਵਧੀਆ ਢੰਗ ਨਾਲ, ਬੜੇ ਸ਼ਾਨਦਾਰ ਢੰਗ ਨਾਲ ਇਹ ਸੁਧਾਰ ਇਹਨਾਂ ਦਾ ਜਾਰੀ ਆ। ਤਾਂ ਇਹਦੇ ਦਰਮਿਆਨ ਇਹ ਚੀਜ਼ ਆ ਜਾਣੀ ਸਾਹਮਣੇ ਕਿ ਜੋ ਕੁੜੀਆਂ ਗੋਦ ਲਈਆਂ ਜਾ ਰਹੀਆਂ ਉਹਨਾਂ ਦੀ ਫੀਸ ਜਿਹੜੀ ਆ ਉਹ ਕੌਮੀ ਰੇਟ ਤੋਂ, ਕੌਮੀ ਰੇਸ਼ੋ ਤੋਂ ਕਾਫੀ ਵੱਧ ਆ, ਕਾਫੀ ਉੱਚੀ ਆ। ਤੇ ਮੇਰੇ ਖਿਆਲ ਦੇ ਨਾਲ ਪੰਜਾਬ ਲਈ ਖੁਸ਼ਗਵਾਰ ਖਬਰ ਆ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਬਹੁਤ ਪਿਆਰ ਸਤਿਕਾਰ ਸਹਿਤ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ, ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੀ ਕੀ ਜੀ, ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹਸਤੀ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।
ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ